ਅਸਲਾਮੁਅਲੈਕਮ ਦੋਸਤੋ, ਮੈਂ ਉਮੀਦ ਕਰਨਾ ਤੁਸੀਂ ਸਭ ਖਰੀਦ ਨਾ ਹੋਵੋਗੇ। ਤੇ ਅੱਜ ਅਸੀਂ ਨਵੀਂ ਵੀਡੀਓ ਦੇ ਨਾਲ ਪਹੁੰਚੇ ਹਾਂ ਤਹਿਸੀਲੋ ਜ਼ਿਲ੍ਹਾ ਨਰਵਲ ਪਿੰਡ ਕਲੰਦਰਾਬਾਦ। ਇਹਦੇ ਇਸ ਪਿੰਡ ਦੇ ਵਿੱਚ ਸਰਦਾਰ ਸਿੱਖ ਸਰਦਾਰਾਂ ਦੀ ਵੀ ਬਹੁਤ ਮਤਲਬ ਰਿਹਾਇਸ਼ ਸੀ। ਤੇ ਕਲੰਦਰਾਬਾਦ ਦੇ ਲਾਗੇ ਲਾਗੇ ਜਿਹੜੇ ਪਿੰਡ ਨੇ ਉਹਨਾਂ ਦੇ ਬਾਰੇ ਵੀ ਇਹਨਾਂ ਬਜ਼ੁਰਗਾਂ ਦੇ ਕੋਲੋਂ ਪੁੱਛਣੇ ਆ। ਪਿੰਡ ਕਲੰਦਰਾਬਾਦ, ਅਸਲਾਮੁਅਲੈਕਮ ਬਾਬਾ ਜੀ। ਅੱਛਾ ਬਾਬਾ ਜੀ, ਇਹ ਜਿਹੜਾ ਪਿੰਡ ਹੈ, ਜਿਸ ਪਿੰਡ ਅਸੀਂ ਖੜੇ ਹਾਂ, ਇਸ ਪਿੰਡ ਦਾ ਨਾਂ ਕੀ ਹੈ? ਹੋਰ ਉਸ ਤੋਂ ਇਲਾਵਾ ਚੰਡੀਆਂ ਸਾਧੂ ਸਿੰਘ। ਤੁਸੀਂ ਬਜ਼ੁਰਗ ਹੋ, ਕਿੰਨੀ ਕੁ ਉਮਰ ਜੀ ਇੱਥੇ ਸਿੱਖ ਸਰਦਾਰ ਰਹਿੰਦੇ ਰਹੇ ਨੇ? 6-7 ਸਾਲ ਉਮਰ। ਠੀਕ ਹੈ। ਤੇ ਇਸ ਜਗ੍ਹਾ ਤੇ ਜਿਸ ਜਗ੍ਹਾ ਅਸੀਂ ਖੜੇ ਆ ਇਸ ਟਾਈਮ, ਇਹ ਮਤਲਬ ਬੋਰਡ ਵੀ ਉਹਨਾਂ ਦਾ ਉਸ ਵਕਤ ਦਾ ਹੀ ਹੈ? ਉਸੇ ਵਕਤ ਦਾ ਉਹਨਾਂ ਦੇ ਇਹ ਬੋਰਡ ਵਾਲੇ ਖੂਹ ਤੇ ਖਲੋਤੇ ਆ ਸਾਹਿਬ। ਠੀਕ ਆ, ਉਹਨਾਂ ਦੇ ਖੂਹ ਵਿੱਚ ਸਹੀ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਸ ਟਾਈਮ, ਇਹ ਬੋਰਡ ਵਾਲਾ ਖੂਹ ਹੈ ਜਨਾਬ, ਤੇ ਇੱਥੇ ਅਸੀਂ ਖੜੇ ਆ। ਤੇ ਉਹ ਜਿਹੜਾ ਸਾਧੂ ਸਿੰਘ ਸੀ ਬਾਬਾ ਜੀ, ਉਹ ਜਿਹੜੀ ਅੱਗੇ ਗੱਲ ਸੁਣਾਉਣ ਦੇ ਹੋ ਤੁਸੀਂ ਵਿਸਾਖੀ ਵਾਲੀ, ਉਹ ਗੱਲ ਸੁਣਾਓ ਥੋੜੀ ਜੀ। ਉਹ ਖਦਾਬਾ ਹੀ ਕਰ ਲੈ ਮਾਰ ਦਿੱਤਾ। ਅੱਛਾ। ਉਹਦਾ ਕੋਈ ਚਾਚਾ ਬਾਬਾ ਸੁਤੀਏ ਰਹਿੰਦਾ। ਠੀਕ ਹੈ। ਉਹ ਖਿਤਾਬਾ ਹੀ ਕਰ ਲੈ ਉਹਦੀ ਅੱਖ ਕੱਢ ਦਿੱਤੀ ਸੀ। ਠੀਕ ਹੈ। ਇਹ ਆਉਂਦਾ ਸੀ ਮੈਂ ਚਾਚੇ ਦਾ ਬਦਲਾ ਲਾਂਗਾ। ਠੀਕ ਹੈ। ਕਰ ਲੈ ਮਾਰ ਛੱਡਿਆ। ਭੰਗੜੇ ਵਾਲੀ ਸੁਣਾਓ। ਭੰਗੜਾ ਪਾਉਣ ਜੋ ਹੁਣ ਆਖਿਆ ਬਈ ਇੱਥੇ ਮੇਰੇ ਪਿੰਡੋਂ ਚੁੱਪ ਕਰਕੇ ਲੰਘੋ। ਅੱਛਾ। ਉਹ ਨਾ ਲੰਘੇ ਤੇ ਹੁਣ ਮਾਰਿਆ ਖੁੰਡਾ ਇੱਥੇ, ਤੋਂ ਡੇਲਾ ਪੁੱਟ ਕੇ ਉਹਦਾ ਬਾਹਰ ਜਾ ਪਿਆ। ਅੱਛਾ। ਇਹ ਭੰਗੜਾ ਵਿਸਾਖੀ ਤੇ ਜਾਂਦਾ ਰਿਹਾ? ਵਿਸਾਖੀ ਤੇ ਜਾ ਕਿੱਥੇ ਜਾਂਦਾ ਰਿਹਾ ਜੀ? ਨਾਰੋਵਾਲ। ਨਾਰੋਵਾਲ, ਠੀਕ ਹੋ ਗਿਆ। ਤੇ ਲਓ ਜੀ ਦੋਸਤੋ, ਇਸ ਪਿੰਡ ਦੇ ਵਿੱਚ ਦੋ ਘਰ ਹਨ ਸਿੱਖ ਸਰਦਾਰ ਬਰਾਦਰੀ ਦੇ, ਕਲੰਦਰਾਬਾਦ ਤਹਿਸੀਲੋ ਜ਼ਿਲ੍ਹਾ ਨਰਵਲ, ਲਾਗੇ ਲਾਗੇ ਪਿੰਡ ਚੇਲੇ ਵਾਲੀ ਪਿੰਡ ਦੱਸਿਆ ਬਜ਼ੁਰਗਾਂ ਨੇ, ਬਾਸੀ ਕੇ ਰਾਵਾਂ ਦੱਸਿਆ, ਸੁਤੀਆ ਪਿੰਡ ਵੀ ਦੱਸਿਆ। ਇਹਨਾਂ ਪਿੰਡਾਂ ਦੇ ਵਿੱਚ ਲਾਗੇ ਲਾਗੇ ਸਾਰੇ ਪਿੰਡਾਂ 'ਚ ਸਰਦਾਰ ਰਹਿੰਦੇ ਰਹੇ ਨੇ। ਤੇ ਇਸ ਜਗ੍ਹਾ ਤੇ ਅਸੀਂ ਮੌਜੂਦ ਹਾਂ, ਇੱਥੇ ਸਿੱਖ ਸਰਦਾਰਾਂ ਦਾ ਜਿਹੜਾ ਨਾ ਖੂਹ ਹੁੰਦਾ ਸੀ, ਤੇ ਬੋਰਡ ਦੀ ਵੀ ਥੋੜ੍ਹੀ ਜਿਹੀ ਵੀਡੀਓ ਜਿਹੜੀ ਦੋਸਤਾਂ ਦੇ ਰੂਬਰੂ ਕਰਨੀ। ਇਹ ਕਲੰਦਰਾਬਾਦ ਪਿੰਡ, ਜਿਹੜਾ ਕਲੰਦਰਾਬਾਦ ਉਹਦੇ ਤੋਂ ਚੜ੍ਹਦੀ ਬਾਈਕ ਗੁੱਠ ਦੇ ਉੱਤੇ ਇਹ ਬੋਰਡ ਦਾ ਬੂਟਾ, ਤੇ ਇਹ ਉਸ ਬੋਰਡ ਦੇ ਬੂਟੇ ਦੀ ਜਿਹੜੀ ਆ ਵੀਡੀਓ ਮੈਂ ਦੋਸਤਾਂ ਦੇ ਰੂਬਰੂ ਕਰ ਰਿਹਾ। ਤੇ ਇਸ ਜਗ੍ਹਾ ਤੇ ਬਜ਼ੁਰਗੋ ਖੂਹ ਕਿੱਥੇ ਘੁੰਦਾ ਰਿਹਾ? ਠੀਕ ਹੋ ਗਿਆ। ਇੱਥੇ ਖੂਹ ਹੀ ਹੁੰਦਾ ਰਿਹਾ ਤੇ ਇਹ ਖੂਹ ਚਲਾਉਂਦੇ ਰਹੇ ਨੇ। ਕਿੰਨੀ ਕੁ ਜ਼ਮੀਨ ਸੀ ਉਹਨਾਂ ਦੀ ਇੱਥੇ ਭਲਾ? ਸਾਰੀ ਉਹਨਾਂ ਦੀ ਸੀ। ਠੀਕ ਹੋ ਗਿਆ। ਸਹੀ ਸਹੀ। ਇਹ 11 ਮਿੰਟ ਦੇ ਵਿੱਚ 10 ਮਿੰਟ ਦਾ ਜਿਹੜਾ ਉਹਨਾਂ ਦਾ। ਠੀਕ ਹੋ ਗਿਆ। ਕੋਈ ਮਾਲਕ ਨਹੀਂ। ਸਹੀ ਹੈ। ਪਾਸੇ ਇਹ ਪਿੰਡ ਹੋ ਗਿਆ ਜੀ ਦੋਦੇਵਾਲੀ। ਦੋਦੇਵਾਲੀ ਦੇ ਨਾਲ ਹੋ ਗਿਆ ਜੀ ਇਹ ਪਿੰਡ ਜਿਹੜਾ, ਇਹ ਚੇਲੇਵਾਲੀ ਹੈ, ਇਹ ਸਾਹਮਣੇ ਮੇਰੀ ਉਂਗਲ ਦੀ ਸਾਹਮਣੇ ਇਹ ਚੇਲੇਵਾਲੀ। ਇਹਨਾਂ ਪਿੰਡਾਂ ਦੇ ਵਿੱਚ ਵੀ ਦੋਦੇਵਾਲੀ ਮੇਰਾ ਖਿਆਲ ਸਿੱਖ ਸਰਦਾਰ ਬਰਾਦਰੀ ਨਹੀਂ ਸੀ ਹੈ। ਤੇ ਇਹ ਚੇਲੇ ਵਾਲੀ ਪਿੰਡ ਹੈ, ਇੱਥੇ ਵੀ ਸਿੱਖ ਸਰਦਾਰ ਬਰਾਦਰੀ ਰਹਿੰਦੀ ਰਹੀ ਹੈ ਬਹੁਤ ਜ਼ਿਆਦਾ। ਤੇ ਇਹ ਪਿੰਡ ਹੈ ਜੀ ਕਲੰਦਰਾਬਾਦ, ਇੱਥੇ ਵੀ ਸਿੱਖ ਸਰਦਾਰ ਬਰਾਦਰੀ ਜਿਹੜੀ ਹੈ ਉਹ ਰਹਿੰਦੀ ਰਹੀ ਹੈ। ਤੇ ਇਸ ਟਾਈਮ ਜਿਸ ਜਗ੍ਹਾ 'ਤੇ ਅਸੀਂ ਬਾਹਰ ਆ ਕੇ ਖਲੋਤੇ ਹਾਂ, ਇਹ ਬਜ਼ੁਰਗ ਦੱਸਣ ਦੇ ਨੇ ਕਿ ਇਹ ਬੋਰਡ ਹੈ ਨਾ ਜਿਹੜਾ, ਇਹ ਸਿੱਖ ਸਰਦਾਰਾਂ ਦੇ ਵਕਤ ਦਾ ਉਹਨਾਂ ਦੇ ਹੱਥਾਂ ਦਾ ਲੱਗਾ ਦਾ, ਤੇ ਇੱਥੇ ਖੂਹ ਵੀ ਹੁੰਦਾ ਰਿਹਾ ਤੇ ਉਹ ਖੂਹ ਜੋੜਦੇ ਰਹੇ ਨੇ। ਇਹ ਦੋਦੇ ਵਾਲੀ ਪਿੰਡ ਹੈ ਜੀ, ਤੇ ਇਹ ਸਾਹਮਣੇ ਬਾਸੀ ਕੇ ਰਾਵਾਂ, ਤੇ ਸੂਤੇਵਾਲ ਪਿੰਡ ਹੈ ਜਿਹੜਾ, ਉਹਦੀ ਮੈਂ ਵੀਡੀਓ ਜਿਹੜੀ ਦੋਸਤਾਂ ਦੇ ਰੂਬਰੂ ਕਰਨਾ। ਉਹ ਮੁੰਡਾ ਆਉਂਦਾ ਸੀ ਵੀ ਅਸੀਂ ਉੱਥੋਂ ਆਏ ਹਾਂ ਚੱਲਣ ਲਈ ਪਿੰਡ ਹਸਾ ਜੀ ਪਿੰਡ ਹਰਾ। ਅੱਛਾ ਅੱਛਾ। ਤੇ ਮੈਨੂੰ ਨੇ ਸੰਭਾਲ, ਜਿਹੜੇ ਚਾਚੇ ਤੇ ਬਾਬੇ ਵਡੇਰੇ ਨੇ ਨਾ, ਹਾਂਜੀ, ਉਹ ਨਾਂ ਲੈਂਦੇ ਤੇ ਤੁਹਾਡੇ ਪਿੰਡੋਂ ਕਿੰਨੀ ਕੁ ਦੂਰ ਹੈ? ਠੀਕ ਹੈ। ਮੈਂ ਕਿਹਾ 6-7 ਮੀਲ ਹੈ। ਠੀਕ ਹੈ। ਆ ਲੈਂਦੇ। ਠੀਕ ਹੈ। ਉਹ ਤੁਹਾਨੂੰ ਕਿੱਥੇ ਮਿਲਿਆ ਸੀ ਉਹ?
रमदास ठीक है सही हो गया। लो जी दोस्तों हुण बाकी जिहड़े सिख सरदारां दे पिंड ने उहनां दे व्यू इंशाल्लाह हुण मैं जांदा जांदा व्यू सारिआं पिंडां दे लाहांगा। दोदे वाली पिंड है सामने, ਇਹ ਚੇਲੇ ਵਾਲੀ ਪਿੰਡ ਹੈ, ਇਹ ਸਾਈਡ ਤੇ ਆ ਗਿਆ ਚੇਲੇ ਵਾਲੀ। ਇਹ ਜਿਹੜਾ ਪਿੰਡ ਹੈ ਇਹ ਸਾਹਮਣੇ ਉਂਗਲ ਦੇ ਬਾਸੀ ਕੇ ਰਾਵਾਂ ਪਿੰਡ ਹੈ, ਇੱਥੇ ਵੀ ਸਿੱਖ ਸਰਦਾਰ ਬਹੁਤ ਜ਼ਿਆਦਾ ਰਹਿੰਦੇ ਰਹੇ ਨੇ।